सत श्री अकाल जी, बहुत बहुत आदर और सत्कार तुहाडा सारिआं दा। चलदे संघर्ष दे विच बहुत सारिआं गल्लां हुंदीआं जिहड़ीआं तुहाडे नाल सांझीआं करनीआं बहुत जरूरी है। सो असीं वी तिन्ने भरावां ने, क्योंकि हुण 3 महीना तों फिरदे आ तां हुण सारिआं विधां जिहड़ीआं अखां मूहरों लंघदीआं। उहनां चों जिहड़ी इक विधा जिहड़ी बहुत खास है उह असीं शेयर करना चाहुंदे आ। साडे NRI भैण भरा जिहड़े, असीं इस गल लई तुहानूं सल्यूट करदे आ, सलाम करदे आ कि तुसीं ठीक है। फिजिकली इक हाजरी नहीं दे रहे पर मैनूं पता से दिन रात बैठे तुसीं पंजाब नूं लैके कल्प रहे हो कि साडा कुछ बन जाए, साडा कुछ बन जाए। तां उहदे लई जिन्ने भी साडे भैण भरा साडे प्यो दादे उत्थों पैसिआं राहीं मदद करना चाहुंदे आ इत्थे, क्योंकि नो डाउट इत्थे जदों लखां बंदा इकट्ठा होया तां बहुत सारीआं उत्थे लोड़ां ने। जिवें असीं कल शेयर कीता सी कि टॉयलेट कैबिन चाहीदे आ जां कुछ होर तरहां दी मैडिकल दी लोड़ हैगी, होर बड़ियां लोड़ां ने, पानी दी लोड़ है। उस लई तुसीं बहुत वड्डे पद्धर ते फंडिंग करन दे लई कॉलां कर रहे हो, सानूं तिन्नां नूं भी आ रही है, होर भी सारे जिन्ने भी भरा उत्थे लगे हुए सारिआं नूं आ रही ने। तां उत्थे इक गल तुहानूं असीं बेनती करनी चाहुंदे आ कि असीं तुहाडीआं भावनावां दी कदर करदे आ, और इह वी वैरी क्लीयर कि इस संघर्ष नूं तुहाडे वल्लों जिहड़ा इकोनॉमिकल हैल्प है उहदी बहुत लोड़ है। पर विच इक्को मसला है कि विचोलियां तों बच के, क्योंकि हर थां ते भेजिआ पैसा तुहाडा सही उस रूप च संघर्ष दे विच लग जाए, इस चीज़ लई असीं शक्की हां। शक्की है इस करके तुहानूं हाथ जोड़ के बेनती करदे हां असीं कि तुसीं मदद करो, पैसा भी भेजो, पर उहदे लई तुहाडे कोले कोई ना कोई प्रूफ जरूर होवे कि आह बंदे वाकई जथेबंदी दे आ, क्योंकि सारिआं जथेबंदियां लगियां होईआं, सारिआं जथेबंदियां दे फेसबुक दे उपर पेज हैगे आ। जे चाहो तां किसे वी जथेबंदियां तुसीं कॉन्टैक्ट लै सकदे हो, बहुत ईजीली तुहानूं सोशल मीडिया ते मिल जाणा। असीं चाहुंदे आ कि उत्थे जाओ, उत्थे जा के उहनां दे जिहड़े मेन बंदे उहनां दे नंबर लभ के उहनां नाल गल करो। ਤੁਹਾਨੂੰ ਜਿਵੇਂ ਹੁੰਦਾ ਕਿ ਇੱਕ ਨੰਬਰ ਦਾ ਕੰਮ, ਉਹ ਫਿਰ ਉਹਦੀ ਜਥੇਬੰਦੀ ਦੀ ਰਸੀਦ ਕੱਟ ਕੇ ਦੇਣ। ਜਾਣੀ ਕਹਿਣ ਦਾ ਮਤਲਬ ਯਾਰ ਇਹ ਹੈ ਕਿ ਤੁਸੀਂ ਵੀ ਹੁਣ ਉੱਥੇ ਦਿਨ ਰਾਤ ਸਾਨੂੰ ਪਤਾ ਮਸ਼ੀਨਾਂ ਵਾਂਗੂ ਕੰਮ ਕਰਦੇ ਹੋ, ਹਨਾ ਤੁਹਾਡਾ ਹੁਣ ਏਡਾ ਹੱਕ ਨਾਲ ਦਾ ਕਮਾਇਆ ਹੋਇਆ ਪੈਸਾ, ਹਨਾ ਰਾਤਾਂ ਦੀ ਨੀਂਦ ਗਵਾ ਕੇ ਕਮਾਇਆ ਹੋਇਆ ਪੈਸਾ, ਹੁਣ ਇੱਥੇ ਕੋਈ ਇੱਧਰ ਉੱਧਰ ਦੂਜੇ ਤੀਜੇ ਚੌਥੇ ਘਰੇ ਜਾ ਵੜੇ, ਤਾਂ ਜਾਣੀ ਉਸ ਚੀਜ਼ ਲਈ ਅਸੀਂ ਵੀ ਦੁਖੀ ਹੋਵਾਂਗੇ। ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਆਪਦਾ ਪੂਰਾ ਪਰਚੋਲ ਕਰਕੇ ਆਪਦਾ ਪੈਸਾ ਭੇਜੋ, ਪਰ ਭੇਜੋ ਜ਼ਰੂਰ। ਤੁਹਾਡੇ ਜਿਹੜਾ ਭੇਜੇ ਪੈਸੇ ਦੀ ਕੱਲ ਨੂੰ ਜਿਹਨੂੰ ਭੇਜੋ ਉਹਦੀ ਜਵਾਬਦੇਹੀ ਹੋਵੇ, ਕੱਲ ਨੂੰ ਜਵਾਬਦੇਹੀ ਜ਼ਰੂਰੀ ਹੈ, ਤਾਂ ਉਸ ਹਿਸਾਬ ਨਾਲ ਭੇਜਿਓ, ਕਿਉਂਕਿ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਜੁਆਇੰਟ ਅਕਾਊਂਟ ਹੁੰਦੇ ਆ, ਉੱਥੇ ਹੀ ਭੇਜੋ। ਬਾਕੀ ਤੁਸੀਂ ਸਮਝਦਾਰ ਹੋ, ਸਿਆਣੋ, ਤੁਹਾਡੀਆਂ ਭਾਵਨਾਵਾਂ ਦੀ ਕਦਰ ਆ, ਬਸ ਦੁਆਵਾਂ ਚ ਜੁੜੇ ਰਹੋ। ਇੱਕ ਅਪੀਲ ਤੁਸੀਂ ਵੀ ਕਰਿਓ, ਅਸੀਂ ਕਰ ਰਹੇ ਹਾਂ ਕਿ ਜਿਹੜੇ ਸੰਘਰਸ਼ ਚ ਇੱਥੇ ਇੰਨੇ ਆਪਣੇ ਸੰਗਤ ਆਈ ਹੈ ਲੱਖਾਂ ਚ, ਅਨੁਸ਼ਾਸਨ ਚ ਰਵੇ, ਤੇ ਅਨੁਸ਼ਾਸਨ ਬਹੁਤ ਜ਼ਰੂਰੀ ਆ ਆਪਾਂ ਨੂੰ ਉਹਦੇ ਚ ਵੀਰੇ ਤੁਸੀਂ। ਹਾਂ ਚਲੋ, ਉਹ ਤਾਂ ਐ ਵੀ ਦਿਨ ਰਾਤ ਸਟੇਜਾਂ ਤੇ ਵੀ ਬੋਲੀ ਜਾਂਦੇ ਆ, ਇਹ ਗੱਲ ਹੁਣ ਅਸੀਂ NRI ਭੈਣ ਭਰਾਵਾਂ ਨੂੰ ਤਾਂ ਨਹੀਂ ਕਹਿ ਸਕਦੇ, ਇਹ ਤਾਂ ਇੱਥੋਂ ਵਾਲੇ ਭੈਣ ਭਰਾ ਜਿਹੜੇ ਸਾਡੇ ਅਸੀਂ ਮੋਰਚੇ ਚ ਸ਼ਾਮਲ ਆ ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗੇ, ਕਿਉਂਕਿ ਮੀਟਿੰਗਸ ਦਾ ਜਿਹੜਾ ਸਿਲਸਿਲਾ ਹੈ ਉਹ ਹੁਣ ਸ਼ੁਰੂ ਹੋ ਚੁੱਕਿਆ। 26 ਤਰੀਕ ਦੇ ਜਿੱਦੇ ਦੇ ਆਏ ਹੈ, ਇਦੋਂ ਪਹਿਲਾਂ ਜਥੇਬੰਦੀਆਂ ਦੀਆਂ ਆਪਸ ਦੇ ਵਿੱਚ ਰੋਜ਼ ਮੀਟਿੰਗਸ ਹੋ ਰਹੀਆਂ ਨੇ, ਤਾਂ ਉਸ ਤੋਂ ਬਾਅਦ ਜਿਹੜੀ ਪਹਿਲੀ ਹਾਕਮ ਧਿਰ ਦੇ ਨਾਲ ਮੀਟਿੰਗ ਸੀ ਉਹ ਅੱਜ ਹੈ, ਅੱਜ 3 ਵਜੇ ਚੱਲੀ ਜਾਂਦੀ ਹੈ ਮੀਟਿੰਗ। ਅੱਜ 1 ਤਰੀਕ, ਹਾਂ ਅੱਜ 1 ਤਰੀਕ ਹੈ, ਪਹਿਲਾ ਦਸੰਬਰ ਹੈ, ਅੱਜ 1 ਮੀਟਿੰਗ ਹੈ। ਜਾਣੀ ਇਹ ਜਿੱਤ ਵੱਲ ਜਾਣ ਦੇ ਰਾਹ ਦੀਆਂ ਨਿਸ਼ਾਨੀਆਂ ਨੇ, ਕਿਉਂਕਿ 5 ਦਿਨਾਂ ਦੇ ਵਿੱਚ 1 ਮੀਟਿੰਗ ਲਈ ਹਾਕਮ ਰਾਜ਼ੀ ਹੋ ਗਏ ਔਰ ਬਿਨਾਂ ਕਿਸੇ ਕੰਡੀਸ਼ਨ ਤੋਂ। ਤਾਂ ਅੱਜ ਜੋ ਵੀ ਫੈਸਲਾ ਆਉਂਦਾ ਉਹ ਆਪਾਂ ਸਾਰਿਆਂ ਨੇ ਧਿਆਨ ਨਾਲ, ਆਗੂ ਆਉਣਗੇ, ਪ੍ਰੈਸ ਕਾਨਫਰੰਸ ਕਰਨਗੇ, ਸਾਨੂੰ ਸਾਰਿਆਂ ਨੂੰ ਦੱਸਣਗੇ, ਤੁਹਾਨੂੰ ਵੀ ਬਾਹਰਲੇ ਮੁਲਕਾਂ ਵਾਲਿਆਂ ਨੂੰ ਦੱਸਣਗੇ ਸੋਸ਼ਲ ਮੀਡੀਆ ਜ਼ਰੀਏ, ਅਸੀਂ ਇੱਥੇ ਪੰਜਾਬ ਵਾਲੇ ਵੀ ਜਿਹੜੇ ਮੋਰਚੇ 'ਚ ਬੈਠੇ ਜਾਂ ਘਰਾਂ 'ਚ ਬੈਠੇ ਸਭ ਤੱਕ ਖਬਰ ਪਹੁੰਚ ਜਾਣੀ ਹੈ। ਉੱਥੇ ਇੱਕ ਗੱਲ ਦਾ ਜ਼ਰੂਰ ਸਾਨੂੰ ਖਿਆਲ ਰੱਖਣਾ ਪਊਗਾ ਕਿ ਅੱਜ ਹੀ ਅਸੀਂ ਇਹ ਨਾ ਸੋਚ ਲਈਏ ਕਿ ਜਦੋਂ ਆਪਣਾ ਸਾਡੇ ਜਥੇਬੰਦੀਆਂ ਦੇ ਆਗੂ ਬਾਹਰ ਆਉਣਗੇ ਤੇ ਉਹ ਕਹਿਣਗੇ ਕਿ ਅਸੀਂ ਜਿੱਤ ਗਏ ਵੀ ਉਹਨਾਂ ਨੇ ਸਾਰਾ ਬਿੱਲ ਕੈਂਸਲ ਕਰਤਾ, ਆਪਦੀਆਂ ਸ਼ਰਤਾਂ ਵਾਪਸ ਲੈ ਲਈਆਂ ਤੇ ਪਹਿਲਾਂ ਵਾਂਗੂ ਚੱਲੂਗਾ। ਇਦਾਂ ਦਾ ਟੂ ਬੀ ਵੈਰੀ ਓਨਸ ਨਹੀਂ ਹੋਣਾ। ਹਜੇ ਸਾਡੇ ਆਗੂਆਂ ਨੇ 3 ਮਹੀਨੇ ਹੋ ਗਏ, ਇਹ ਸਾਨੂੰ ਵੀ ਸਭ ਨੂੰ ਪਤਾ ਹੀ ਹੈ ਕਿ ਲੜਾਈ ਲੰਬੀ ਹੈ, ਹਾਕਮ ਧਿਰ ਸਾਹਮਣੇ ਬੈਠੀ ਹੈ, ਪਾਵਰ 'ਚ ਹੈ ਤੇ ਅੜੀ ਹੋਈ ਹੈ, ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ, ਇਸ ਕਰਕੇ ਐਡੀ ਛੇਤੀ ਨਹੀਂ ਬਣਨਗੇ। ਬਸ ਥੋੜ੍ਹੀ ਜਵਾਨੀ ਨੂੰ ਕਵਾਂਗੇ ਇਹ ਗੱਲ ਅਸੀਂ, ਕਿਉਂਕਿ ਬਜ਼ੁਰਗ ਤੇ ਮਾਤਾਵਾਂ ਤਾਂ ਆਪਦਾ ਬੈਠੀਆਂ ਸਹਿਜਤਾ ਸੰਜਮਤਾ ਨਾਲ ਬੈਠੀਆਂ, ਜਵਾਨੀ ਨੂੰ ਜ਼ਰੂਰ ਸਾਡੇ ਭਰਾ ਹੋ ਤੁਸੀਂ, ਬਹੁਤ ਪਿਆਰ ਕਰਦੇ ਤੁਹਾਨੂੰ ਅਸੀਂ, ਤੇ ਹੋਰ ਕੁੱਲ ਲਕਾਈ ਤੁਹਾਡੇ ਲਈ ਪਿਆਰ 'ਚ ਹੋਰ ਵੀ ਵੱਡੀ ਹੋ ਗਈ, ਹੁਣ ਹੋਰ ਵੀ ਬਾਹਾਂ ਖੁੱਲੀਆਂ ਤੁਹਾਡੇ ਲਈ ਸਾਰੀ ਜਵਾਨੀ ਲਈ। ਬਸ ਇੱਥੇ ਇੰਨਾ ਜ਼ਰੂਰ ਪੰਜਾਬ ਦਾ, ਪੰਜਾਬੀਅਤ ਦਾ ਮਾਣ ਰੱਖਿਓ, ਆਪਦੇ ਬਜ਼ੁਰਗਾਂ ਦਾ, ਸਾਡੇ ਸੰਸਕਾਰਾਂ ਦਾ, ਸਾਡੀ ਸੰਸਕ੍ਰਿਤੀ ਦਾ, ਜ਼ਿੰਮੇਵਾਰੀਆਂ ਦਾ, ਕਿ ਆਪਾਂ ਅਗਰੈਸਿਵ ਨਹੀਂ ਹੋਣਾ, ਆਪਾਂ ਕੋਈ ਇਸ ਅੱਜ ਦੇ ਫੈਸਲੇ ਨੂੰ, ਹੁਣ ਸਾਨੂੰ ਨਹੀਂ ਪਤਾ ਫੈਸਲਾ ਕੀ ਹੋਣਾ, ਅੱਜ ਅਸੀਂ ਵੀ ਤੁਹਾਡੇ ਨਾਲ ਹੀ ਬੈਠ ਕੇ ਸੁਣਨਾ, ਪਰ ਜੋ ਵੀ ਫੈਸਲਾ ਆਊਗਾ ਤਾਂ ਅਸੀਂ ਮਨ 'ਚ ਪਹਿਲਾਂ ਹੀ ਇੱਕ ਥੋਟ ਪ੍ਰੋਸੈਸ ਲੈ ਕੇ ਚੱਲਣਾ ਕਿ ਲੜਾਈ ਲੰਬੀ ਚੱਲਣੀ ਹੈ।
ਇਹ ਹੋਰ 15 ਦਿਨ ਵੀ ਚੱਲ ਸਕਦੀ ਹੈ 20 ਚੱਲ ਸਕਦੀ ਹੈ ਮਹੀਨਾ 2 ਮਹੀਨੇ ਜਿਵੇਂ ਸਾਡੇ ਤਾਂ ਬਜ਼ੁਰਗ ਰੋਜ਼ ਇੱਥੇ ਸਟੇਜਾਂ ਤੇ ਬੋਲੀ ਜਾਂਦੇ ਆ ਕਿ ਅਸੀਂ ਭਾਈ 6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਨੇ ਬਿਲਕੁਲ ਸੋ ਇਸ ਕਰਕੇ ਯਾਰ ਲਕੀਰ ਤੱਕ 6 ਮਹੀਨਿਆਂ ਦੀ ਲੈ ਕੇ ਚੱਲੋ ਇੰਨੇ ਸਬਰ ਨਾਲ ਚੱਲੋ ਫੈਸਲਾ ਜੋ ਵੀ ਹੁੰਦਾ ਉਹ ਕਰਤਾਰ ਨੂੰ ਭਾਉਂਦਾ ਜੋ ਉਹੀ ਆਉਣਾ ਬਸ ਕੋਈ ਵੀ ਹੁੱਲੜਬਾਜ਼ੀ ਨਾ ਹੋਵੇ ਇਸ ਚੀਜ਼ 'ਚ ਜੋ ਵੀ ਆਗੂ ਸਰਾਉਣਗੇ ਆਪਸ ਦੇ ਵਿੱਚ ਸਗਾਂ ਦੀ ਨੌਜਵਾਨ ਭਰਾ ਬੈਠ ਕੇ ਵੱਖ ਵੱਖ ਇਕਾਈਆਂ ਦੇ ਜਿੱਥੇ ਜਿੱਥੇ ਵੀ ਤੁਸੀਂ ਰਾਤਾਂ ਨੂੰ ਆਪਦਾ ਆਰਾਮ ਕਰਦੇ ਹੋ ਟਰਾਲੀਆਂ ਤੁਹਾਡੀਆਂ ਜਿੱਥੇ ਤੁਹਾਡੇ ਨੇੜੇ ਨੇੜੇ ਦੀ ਵਿਆਹ ਤੱਕ ਉੱਥੇ ਬੈਠ ਕੇ ਸ਼ਾਮ ਨੂੰ ਗੋਸ਼ਟੀਆਂ ਕਰਿਓ ਅੱਜ ਦੀ ਮੀਟਿੰਗ ਨੂੰ ਵਿਚਾਰਿਓ ਕਿ ਕਿਸ ਤਰ੍ਹਾਂ ਦੀ ਦੋਨਾਂ ਧਿਰਾਂ ਦੇ ਵਿੱਚ ਗੱਲਬਾਤ ਹੋਈ ਹੈ ਇਹਦੇ 'ਚ ਕੀ ਪੋਜ਼ਿਟਿਵ ਸੀ ਕੀ ਨੈਗੇਟਿਵ ਸੀ ਸਾਨੂੰ ਜਥੇਬੰਦੀਆਂ ਤੱਕ ਹੋਰ ਕੀ ਰਾਏ ਦੇਣੀ ਚਾਹੀਦੀ ਹੈ ਕਿਸ ਤਰ੍ਹਾਂ ਦਾ ਮੈਸੇਜ ਕਨਵੇ ਕਰਨਾ ਚਾਹੀਦਾ ਅਸੀਂ ਇੱਥੇ ਹਾਂ ਤੁਸੀਂ ਸਾਨੂੰ ਮਿਲ ਸਕਦੇ ਹੋ ਆਪਾਂ ਸਾਰੇ ਭਰਾ ਬੈਠ ਕੇ ਗੱਲ ਕਰੀਏ ਸਾਡੇ ਰਾਹੀਂ ਤੁਸੀਂ ਗਾਹ ਗੱਲ ਕੋਈ ਹੋਰ ਪਹੁੰਚਾਉਣੀ ਚਾਹੁੰਦੇ ਹੋ ਹਨਾ ਉਹ ਆਪਾਂ ਸਾਰੇ ਪਰਿਵਾਰ ਬਣਾ ਕੇ ਯਾਨੀ ਕਹਿਣ ਦਾ ਮਤਲਬ ਗੋਸ਼ਟੀਆਂ ਤੋਂ ਬਾਹਰ ਨਹੀਂ ਨਿਕਲਣਾ ਆਪਾਂ ਗੋਸ਼ਟੀਆਂ ਨੇ ਹੀ ਕੱਲ ਆਪਾਂ ਸਾਡੇ ਫਕੀਰ ਪਿਓ ਦਾ ਗੁਰਪੁਰਬ ਬਣਾ ਕੇ ਹਟੇ ਤਾਂ ਉਹਨਾਂ ਦਾ ਹੀ ਫਲਸਫਾ ਹੈ ਗੋਸ਼ਟੀਆਂ ਦੇ ਵਿੱਚੋਂ ਹੀ ਸਾਰੀ ਗੱਲ ਨਿਕਲਣੀ ਹੈ ਤਾਂ ਆਗੂਆਂ ਦੀ ਰਾਏ ਮੰਨ ਕੇ ਆਪਦੀਆਂ ਸੁਰਤਾਂ ਦੇ ਜਿੱਲੇ ਖੋਲ ਕੇ ਸਾਰਾ ਸਬਰ ਸੰਤੋਖ ਨੂੰ ਨਾਲ ਮੰਨ ਕੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਮੋਰਚੇ ਦੇ ਵਿੱਚ ਸਾਡੇ ਨਾਲ ਸਾਡਾ ਟੱਬਰ ਬੈਠਾ ਉਸ ਚੀਜ਼ ਦੀ ਬਹੁਤ ਵੱਡੀ ਜ਼ਿੰਮੇਵਾਰੀ ਸਮਝ ਕੇ ਹਨਾ ਬਹੁਤ ਵੱਡੀ ਜ਼ਿੰਮੇਵਾਰੀ ਸਮਝ ਕੇ ਕਿਉਂਕਿ ਸ਼ਾਮ ਨੂੰ 5 ਵਜੇ ਤੋਂ ਬਾਅਦ ਅੰਮ੍ਰਿਤ ਵੇਲੇ ਤੱਕ ਇੱਕ ਸਾਡੀ ਬਹੁਤ ਵੱਡੀ ਰਿਸਪੋਂਸੀਬਿਲਟੀ ਹੈ ਅਸੀਂ ਘਰਾਂ 'ਚ ਵੀ ਜਦੋਂ ਸਾਡੇ ਟੱਬਰ ਸਾਡੇ ਨਾਲ ਹੁੰਦੇ ਆ ਘਰਾਂ 'ਚ ਤਾਂ ਅਸੀਂ ਉੱਥੇ ਵੀ ਇੱਕ ਸਾਡੀ ਅੱਖ ਹੁੰਦੀ ਹੈ ਚਾਰੇ ਪਾਸੇ ਕਿ ਸਾਡਾ ਪਰਿਵਾਰ ਘਰ 'ਚ ਹੈ ਵੀ ਅਸੀਂ ਜਾਗਦੇ ਰਹਿਣਾ ਅਸੀਂ ਫਿਰ ਹੁਣ ਬਗਾਨੇ ਸ਼ਹਿਰ 'ਚ ਬੈਠੇ ਹਾਂ ਹਨਾ ਉਸ ਧਿਰ ਦੇ ਸਾਹਮਣੇ ਬੈਠੇ ਹਾਂ ਜਿਨ੍ਹਾਂ ਦੀ ਸਾਡੇ ਨਾਲ ਬਣੀ ਸੋ ਇਸ ਕਰਕੇ ਅਲਰਟ ਰਹੋ ਚਕੰਡੇ ਰਹੋ ਮੇਰੇ ਭਰਾ ਬਣ ਕੇ ਯੋਧਿਆਂ ਵਾਂਗੂ ਬਿਹੇਵ ਕਰੋ ਯਾਰ ਆਪਾਂ ਹਨਾ ਯੋਧਿਆਂ ਵਾਂਗੂ ਸੂਰਮਿਆਂ ਵਾਂਗੂ ਕਿ ਅਸੀਂ ਰਾਖੀ ਕਰਨੀ ਬਾਕੀ ਹਰਿਆਣਾ ਤੇ ਦਿੱਲੀ ਦੇ ਲੋਕਾਂ ਦਾ ਬਹੁਤ ਧੰਨਵਾਦ ਹੈ ਉਹਨਾਂ ਨੂੰ ਉਨਾ ਹੀ ਦਰਦ ਹੈ ਤਾਂ ਇੰਨਾ ਸਾਥ ਦੇ ਰਿਹਾ ਦੁੱਧ ਲੰਗਰ ਮਤਲਬ ਖੀਰ ਦੇ ਲੰਗਰ ਫੁੱਲਾਂ ਦੀ ਵਰਖਾ ਔਰ ਸਾਡੇ ਨਾਲ ਕੋਆਪਰੇਟ ਕਰ ਰਿਹਾ ਉਹਨਾਂ ਦਾ ਵੀ ਧੰਨਵਾਦ ਆ ਤੇ ਇੰਨਾ ਬਹੁਤ ਸਾਰਾ ਪਿਆਰ ਆਪਣਾ ਮੱਥਾ ਲੋਕਾਂ ਨਾਲ ਨਹੀਂ ਸਰਕਾਰ ਨਾਲ ਹੈ ਤੇ ਸਾਨੂੰ ਅਸੀਂ ਧੰਨਵਾਦੀ ਹਾਂ ਹਰਿਆਣਾ ਲੋਕਾਂ ਦੇ ਹਰਿਆਣੇ ਦੇ ਦਿੱਲੀ ਦੇ ਲੋਕਾਂ ਦੇ ਬਸ ਇਹੀ ਆ ਇੱਕ ਜਿਵੇਂ ਬਾਈ ਉਹਨਾਂ ਨੇ ਗੱਲ ਕੀਤੀ ਅਨੁਸ਼ਾਸਨ ਦੀ ਗੱਲ ਕੀਤੀ ਸੋ ਗੁਰਪੁਰਬ ਚੱਲ ਰਿਹਾ ਸਾਡੇ ਬਾਬੇ ਦਾ 10ਵੇਂ ਪਾਤਸ਼ਾਹ ਦਾ ਜਿਹੜਾ ਫਲਸਫਾ ਸੰਤ ਸਿਪਾਹੀ ਦਾ ਜਿੱਥੇ ਅਸੀਂ ਸਿਪਾਹੀ ਬਣੇ ਹੋਏ ਹਾਂ ਅੱਜ ਸੰਤਾਂ ਵਰਗਾ ਜਿਹੜਾ ਆਪਾਂ ਕਹਿ ਦਿੰਦੇ ਹਾਂ ਵੀ ਪੇਸ਼ੈਂਸ ਆ ਜਿਹੜੀ ਸਬਰ ਸੰਤੋਖ ਆ ਉਹ ਸਾਨੂੰ ਲੈ ਕੇ ਚੱਲਣ ਦੀ ਜ਼ਰੂਰਤ ਆ ਜਿੱਥੇ ਸਾਡਾ ਬਾਬਾ ਜ਼ਫਰਨਾਮਾ ਲਿਖਦਾ ਤੇ ਜ਼ਫਰਨਾਮੇ ਦਾ ਕੱਲਾ ਕੱਲਾ ਸ਼ਬਦ ਤੀਰਾਂ ਵਾਂਗੂ ਚੱਲਦਾ ਜਦੋਂ ਔਰੰਗਜ਼ੇਬ ਪੜ੍ਹਦਾ ਸੋ ਅੱਜ ਉਹ ਵਿਚਾਰਧਾਰਾ ਦੀ ਜੰਗ ਦੀ ਸਾਨੂੰ ਲੋੜ ਆ ਕਿਉਂਕਿ ਸਾਡੇ ਆਗੂ ਨੇ ਉਹਨਾਂ ਨੇ ਪਿਛਲੇ 50 ਸਾਲਾਂ ਤੋਂ ਲੜਾਈ ਆ ਜਿਹੜੀ ਲੜ ਰਹੇ ਨੇ ਅੱਜ ਤੁਹਾਡੇ ਮਨ 'ਚ ਕੋਈ ਚੰਗੀ ਰਣਨੀਤੀ ਲਈ ਕੋਈ ਚੰਗਾ ਸੁਝਾਅ ਆਉਂਦਾ ਤੁਸੀਂ ਆਪਦੇ ਆਗੂਆਂ ਨਾਲ ਜਾ ਕੇ ਜ਼ਿਲ੍ਹਾ ਪ੍ਰਤੀ ਬਲਾਕ ਪ੍ਰਤੀ ਗੱਲ ਕਰੋ ਜਿਹੜੇ ਵੀ ਜ਼ਿਲ੍ਹੇ ਦੇ ਬਲਾਕ ਦੇ ਤੁਹਾਡੇ ਪ੍ਰਧਾਨ ਨੇ ਉਹਨਾਂ ਨਾਲ ਗੱਲ ਕਰੋ ਤੁਹਾਡੇ ਸੂਬੇ ਦੇ ਪ੍ਰਧਾਨ ਨਾਲ ਗੱਲ ਕਰੋ ਤਾਂ ਕਿ ਇਹ ਜਿਹੜੀ ਰਣਨੀਤੀ ਆ ਇਹਦੇ ਵਿੱਚ ਤੁਹਾਡਾ ਵੀ ਯੋਗਦਾਨ ਪੈ ਸਕੇ ਸਾਰਿਆਂ ਦਾ ਸੋ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪਾਂ ਇਹ ਜੰਗ ਆ ਜਿਹੜੀ ਘਰਾਂ ਨੂੰ ਆਪਾਂ ਜਿਵੇਂ ਆਇਆ ਉਵੇਂ ਆਪਾਂ ਹੱਸਦੇ ਖੇਡਦੇ ਨੱਚਦੇ ਗਾਉਂਦੇ ਹਾਂ ਮੋਰਚਾ ਜਿੱਤ ਕੇ ਫਿਰ ਮੁੜੀਏ ਘਰਾਂ ਨੂੰ ਫਿਰ ਸਵਾਦ ਵਾਲੀ ਗੱਲ ਆ ਸੋ ਬਹੁਤ ਬਹੁਤ ਪਿਆਰ ਸਤਿਕਾਰ ਸਾਡੀਆਂ ਬੇਨਤੀਆਂ ਸੀ ਸਾਰਿਆਂ ਆਹੀ ਬੇਨਤੀਆਂ ਸਾਡੀਆਂ ਸਾਰੀਆਂ ਤੇ ਬਾਕੀ ਕੋਈ ਨਹੀਂ ਰੋਜ਼ ਹੋਰ ਵੀ ਬਾਈ ਲੱਖੇ ਸਿਧਾਣੇ ਹੋਣੀ ਜਾਂ ਜਥੇਬੰਦੀਆਂ ਦੇ ਆਗੂ ਆ ਜਾਂ ਹੋਰ ਵੀ ਧਾਰਮਿਕ ਜਥੇਬੰਦੀਆਂ ਦੇ ਆਗੂ ਜਿਹੜੇ ਰੋਜ਼ ਮੇਰੇ ਖਿਆਲ 'ਚ ਇਸ ਮੋਰਚੇ 'ਚ ਕਲਾਕਾਰ ਭਰਾ ਸਾਡੇ ਜਾਂ ਫਿਲਮਾਂ ਵਾਲੇ ਸਾਡੇ ਹਨਾ ਅੱਜ ਬਹੁਤ ਸਾਰੇ ਇਸ ਤਰ੍ਹਾਂ ਦੇ ਐਕਟਰ ਆਏ ਉੱਥੇ ਫਿਲਮਾਂ ਦੇ ਗਵਈਏ ਆ ਹੁਣ ਰੋਜ਼ ਆ ਰਹੇ ਆ ਤਾਂ ਬਸ ਰਲ ਮਿਲ ਕੇ ਉਸ ਕਲਚਰ ਨੂੰ ਡਿਵੈਲਪ ਕਰਕੇ ਰੱਖੀਏ ਕਿਉਂਕਿ ਇੱਕ ਕਲਚਰ ਹੈ ਔਰ ਬੜਾ ਰਿਚ ਕਲਚਰ ਦਿੱਤਾ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਉਹਨੂੰ ਬਣਾ ਕੇ ਰੱਖੀਏ ਬਸ ਜਿਹੜੇ ਸਾਡੇ ਨੌਜਵਾਨ ਭਰਾ ਚਿੰਤਨ ਦੇ ਸਿਖਰ ਤੇ ਹੈ ਇਸ ਮੋਰਚੇ ਦੇ ਵਿੱਚ ਮੂਹਰਲੇ ਪੜਾਅ 'ਚ ਚਿੰਤਨ ਦੇ ਉਹ ਨਾਲ ਦੇ ਭੈਣ ਭਰਾਵਾਂ ਨੂੰ ਬਾਕੀਆਂ ਨੂੰ ਵੀ ਬੈਠ ਕੇ ਇਸ ਤਰ੍ਹਾਂ ਦੀਆਂ ਗੋਸ਼ਟੀਆਂ ਕਰੋ ਯਾਰ ਹਨਾ ਠੀਕ ਹੈ ਕਈ ਵਾਰੀ ਹੁੰਦਾ ਅਲੜ ਉਮਰ ਹੁੰਦੀ ਹੈ ਥੋੜ੍ਹਾ ਜਿਹਾ ਸਰੀਰ ਜ਼ਿਆਦਾ ਟੱਪੂ ਟੱਪੂ ਕਰਦਾ ਹੁੰਦਾ ਬਸ ਨਾਲ ਦੇ ਭਰਾਵਾਂ ਨੂੰ ਥੋੜ੍ਹਾ ਜਿਹਾ ਖਿਜਾਰ ਕੇ ਕਿ ਯਾਰ ਆਪਾਂ ਕੋਈ ਉਦਾਂ ਦੀ ਕੋਈ ਗੱਲ ਨਹੀਂ ਕਰਨੀ ਰਲ ਮਿਲ ਕੇ ਸਾਰੇ ਸੰਜਮ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਮੋਰਚਾ ਫਤਿਹ ਕਰਕੇ ਜਾਵਾਂਗੇ ਬਸ ਆਹੀ ਬੇਨਤੀ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ